भाई कमाल है, मेरी तो कद लगन वेले नहीं लगी, अज बेटे मी आख के मैं लग गई। डैडी जी तुसी उठ भी गए, थोड़ा चिर होर सो लेंदे। ओए मैं बलवंत सिंह पूनी हाँ, कोई कुंभ कर नहीं जड़ा सुता रहूंगा। पर मैनू तो तुहाडियां अखा हजे भी भारियां भारियां लग रही ने। बेटे किहड़े धर्म कंडे ते जोख लिया मेरियां अखा जड़ियां तैनू भारी लगदियां ने। मैं पहला भी कहा सी मैनू दिने नींद नहीं आउंदी। ट्राई तो करो ना, हुण मैनू धक्के ना सुवाउणा जिवें जवाकां नू थापड़ थापड़ के सुवाई दा। हाँ सच, जवाक तो याद आया, मैनू कित्थे? डैडी जी वो तो सुता पिया। ਉਹਨੂੰ ਜਗਾਓ, ਮੈਂ ਉਹਦੇ ਨਾਲ ਲਾਡੀਆਂ ਪਾਡੀਆਂ ਕਰਨੀਆਂ। ਡੈਡੀ ਜੀ ਐਵੇਂ ਕੱਚੀ ਨੀਂਦੀ ਉੱਠ ਜੂਗਾ ਤੇ ਤੰਗ ਕਰੂਗਾ। ਜਮਾਂ ਪਿਓ ਤੇ ਗਿਆ, ਉਹ ਪੱਕੀ ਨੀਂਦੇ ਉੱਠ ਕੇ ਵੀ ਰੀ ਰੀ ਕਰਨ ਨੂੰ ਨਹੀਂ ਹਟਦਾ ਹੁੰਦਾ ਸੀ। ਇਹੋ ਜਿਹਾ ਬੇਸਬਰਾ ਸੀ, ਦੁੱਧ ਪੀ ਕੇ ਵੀ ਚੁੱਪ ਨਹੀਂ ਕਰਦਾ ਹੁੰਦਾ ਸੀ। ਪਰ ਦੁੱਧ ਕੌਣ ਪਿਆਉਂਦਾ ਸੀ? ਨਾਲੇ ਕਹਿੰਦੇ ਮੰਮੀ ਜੀ ਤਾਂ ਜਦੇ ਚਲੇ ਗਏ ਸੀ। ਓਏ ਮੰਮੀ ਮਰੀ ਸੀ, ਘਰ 'ਚ ਬੱਕਰੀ ਤਾਂ ਜਿਉਂਦੀ ਸੀ। ਸੀਐਮ ਕਿੱਥੋਂ ਪਲੇ ਨੇ? ਬਿੰਨੂ ਨੂੰ ਜਗਾ ਕੇ ਮੇਰੇ ਕੋਲ ਭੇਜ। ਮਾਮੀ ਜੀ, ਮਾਮੀ ਜੀ ਡੈਡੀ ਉੱਠ ਗਏ ਨੇ ਤੇ ਉਹ ਬੀਨੂ ਬਾਰੇ ਪੁੱਛ ਰਹੇ ਨੇ, ਪਰ ਬੀਨੂ ਤੇ ਸ਼ੂਟਿੰਗ ਤੇ ਗਿਆ ਹੋਇਆ ਨਾ। ਜੇ ਬੀਰ ਜੀ ਨੇ ਇਹ ਬੱਚਾ ਦੇਖ ਲਿਆ ਨਾ ਤਾਂ ਬਹੁਤ ਵੱਡੀ ਗੜਬੜ ਹੋ ਜਾਣੀ ਹੈ। ਤੂੰ ਤੂੰ ਐਂ ਕਰ, ਰਾਜਵੀਰ ਨੂੰ ਫੋਨ ਕਰ। ਹਾਂ ਹਾਂ ਹਰਮਨ। ਰਾਜਵੀਰ, ਡੈਡੀ ਜੀ ਉੱਠ ਗਏ ਨੇ। ਹੈਂ? ਜੇ ਉਹਨਾਂ ਨੇ ਅਗਮ ਦਾ ਮੂੰਹ ਦੇਖ ਲਿਆ ਨਾ ਤਾਂ ਪੰਗਾ ਪੈ ਜੂ। ਤੁਸੀਂ ਜਲਦੀ ਘਰ ਆ ਜਾਓ ਬੀਨੂ ਨੂੰ ਲੈ ਕੇ। ਹਾਂ ਮੈਂ ਕਰਦਾ ਕੁਛ। ਕੀ ਹੋਇਆ? ਕੱਟਾ ਹੋਇਆ। ਪਰ ਆਪਣੇ ਤਾਂ ਮੱਝ ਹੈ ਨਹੀਂ। ਇੱਕ ਹੈਗੀ ਆ, ਤੁਹਾਨੂੰ ਨਹੀਂ ਦਿਖਣੀ। ਡੈਡੀ ਉੱਠ ਖੜੇ। ਅੱਛਾ, ਤੂੰ ਹਰਮਨ ਨੂੰ ਕਹਿ ਜੀਜਾ ਜੀ ਨੂੰ ਬੱਚੇ ਦਾ ਮੂੰਹ ਨਾ ਦੇਖਣ ਦੇਵੇ। ਯਾਰ ਹੁਣ ਬੱਚੇ ਦਾ ਮੂੰਹ ਕਿਵੇਂ ਲੁਕੋਲਵੇ? ਬੱਚੇ ਦੇ ਮਾਸਕ ਪਵਾ ਕੇ। ਸਾਰੀ ਮੈਨੂੰ ਗਲਤ ਸਮਝਦੇ ਆ, ਸਮਝੀ ਜਾਣ। ਪਰ ਸਰਦਾਰ ਜੀ ਵੀ ਜਿੰਨਾ ਰਹਿਣਾ ਇੰਨਾ ਟਾਈਮ ਰਿਹਾ, ਦੱਸਣਾ ਹੀ ਪੈਣਾ ਵੀ ਦਾਲ 'ਚ ਕੁਛ ਕਾਲਾ, ਕਿਉਂਕਿ ਇਹ ਕਾਲੀ ਦਾਲ ਬਿੱਟੂ ਨੇ ਸਭ ਤੋਂ ਪਹਿਲਾਂ ਆਪ ਦੇਖੀ ਆ। ਮੇਰੀ ਮੰਨਦੇ ਨਹੀਂ ਹੈਗੇ, ਗੱਲ ਗੱਲ 'ਤੇ ਕਹਿ ਜਾਣਗੇ ਚੱਪਾ ਚਾ ਇੱਥੋਂ, ਮੈਂ ਨਹੀਂ ਭੱਜਦਾ। ਜਿੰਨੀ ਦੇਰ ਮੈਂ ਨਕਲੀ ਬੱਚੇ ਦਾ ਅਸਲੀ ਸਬੂਤ ਨਹੀਂ ਦਿੰਦਾ, ਇਹਨਾਂ ਦੀ ਮਾਂ ਦੀ ਦਾਲ ਇਹਨਾਂ ਦੀ। ਸਰਦਾਰ ਜੀ, ਸਰਦਾਰ ਜੀ, ਸਰਦਾਰ ਜੀ, ਉਹ ਤੂੰ ਫੇਰ ਆ ਗਿਆ। ਤਨਖਾਹ ਲੈਣ ਆਇਆ ਹੋਣਾ। ਕਿਹੜੀ ਤਨਖਾਹ ਓਏ, ਜੇ ਮੈਂ ਹਿਸਾਬ ਕਿਤਾਬ 'ਚ ਪੈ ਗਿਆ ਨਾ, ਇਹ ਕਿਡਨੀ ਵੇਚ ਕੇ ਵੀ ਤੇਰੇ ਕੋਲੋਂ ਮੇਰੇ ਪੈਸੇ ਨਹੀਂ ਉਤਰਨੇ। ਸਰਦਾਰ ਜੀ, ਕਿਡਨੀਆਂ ਭਾਵੇਂ ਮੇਰੀਆਂ ਦੋ ਲੈ ਲਿਓ, ਪਰ ਮੇਰੀ ਇੱਕ ਗੱਲ 'ਤੇ ਯਕੀਨ ਕਰ ਲਓ। ਇੱਕ 'ਤੇ? ਮੈਂ ਤੇਰੀ ਅੱਧੀ ਗੱਲ 'ਤੇ ਯਕੀਨ ਨਾ ਕਰਾਂ ਚੋਰਾ। ਸਰਦਾਰ ਜੀ, ਮੈਂ ਚੋਰਾ ਹੋ ਸਕਦਾ ਪਰ ਚੋਰ ਨਹੀਂ, ਕਿਉਂਕਿ ਮੈਂ ਸਾਰੀ ਜ਼ਿੰਦਗੀ ਤੁਹਾਡਾ ਲੂਣ ਖਾਧਾ। ਲੂਣ ਚੇਤੇ ਆ? ਹਾਂ, ਲੂਣ ਵਾਲੀਆਂ ਪਕੌੜੀਆਂ ਤੇ ਭੁਰਜੀ ਭੁੱਲ ਗਿਆ ਜਿਹੜੀ ਨਿੱਤ ਦਾਰੂ ਨਾਲ ਝੁਲਸਦਾ ਸੀ। ਡੈਡੀ ਜੀ ਹੌਲੀ ਬੋਲੋ, ਅੰਦਰ ਬੀਨੂ ਸੁੱਤਾ ਪਿਆ। ਬੀਨੂ ਨਹੀਂ ਸੁੱਤਾ ਪਿਆ, ਸੁੱਤੇ ਤਾਂ ਸਰਦਾਰ ਜੀ ਪਏ ਨੇ, ਉਹ ਵੀ ਕੂਕ। ਕੀ ਮਤਲਬ ਤੇਰਾ? ਉਹ ਮੈਂ ਆਖਰੀ ਵਾਰੀ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਉਹ ਬੱਚਾ ਸੁੱਤਾ ਪਿਆ ਉਹ ਬੀਨੂ ਨਹੀਂ ਹੈ। ਉਹ ਜੇ ਬੀਨੂ ਨਹੀਂ ਤਾਂ ਕੀ ਹਰਬੀ ਸੰਘਾ ਜਿਹੜਾ ਉਹਨੂੰ ਬਿੰਗਾ ਮੂੰਹ ਕਰਕੇ ਬੋਲਦੇ ਨੂੰ ਦੇਖ ਲੈ। ਤੂੰ ਕਿਤੇ ਮੇਰੇ ਕੋਲ ਛਾਤੀ ਕੀ ਲੱਤਾਂ ਖਾਲੀ, ਤੈਨੂੰ ਮੈਂ ਦੱਸਾਂ। ਛਾਤੀ ਛੱਡੋ, ਭਾਵੇਂ ਤੁਸੀਂ ਮੇਰੇ ਫੇਫੜਿਆਂ 'ਚ ਮਾਰੋ। ਸਾਲਿਆ, ਫੇਫੜੇ ਵੀ ਤਾਂ ਛਾਤੀ 'ਚ ਹੁੰਦੇ ਆ। ਚਾਹੇ ਗੁਰਦਿਆਂ 'ਚ ਹੋਣ, ਪਰ ਇੱਕ ਵਾਰੀ ਆ ਕੇ ਬੱਚੇ ਦੀ ਸ਼ਕਲ ਦੇਖ ਲਓ, ਬਦਲੀ ਕਿ ਨਹੀਂ। ਮੇਰਾ ਪੋਤਾ ਕੋਈ ਇੱਛਾਧਾਰੀ ਨਾਗ ਨਹੀਂ ਜਿਹੜੀ ਮਿੰਟ 'ਚ ਸ਼ਕਲ ਬਦਲ ਜੂਗੀ। ਆਇਓ ਰੱਬ ਦਾ ਵਾਸਤਾ, ਇੱਕ ਵਾਰੀ ਆ ਕੇ ਬੱਚੇ ਦਾ ਮੂੰਹ ਦੇਖ ਲਓ। ਚੱਲ ਦਿਖਾ। ਆਜੋ ਆਜੋ ਵੀਰ ਜੀ, ਸਿਆਣੇ ਕਹਿੰਦੇ ਨੇ ਕਿ ਸੁੱਤੇ ਹੋਏ ਬੱਚੇ ਦਾ ਮੂੰਹ ਨਹੀਂ ਦੇਖੀਦਾ। ਹੁਣ ਇਹ ਸਟੇਟਮੈਂਟ ਕਿਹੜੇ ਸਿਆਣੇ ਨੇ ਦਿੱਤੀ ਆ? ਰਾਜਵੀਰ ਦੇ ਮਾਮਾ ਜੀ ਨੇ ਕਿਹਾ। ਧੰਨ ਜਿਗਰਾ ਤੇਰਾ ਜਿਹੜਾ ਇਹੋ ਜਿਹੇ ਬੰਦੇ ਨੂੰ ਵੀ ਸਿਆਣਾ ਦੱਸੀ ਜਾਂਦੀ ਆ। ਓਏ ਮੁਹਾਵਰਾ ਇਹ ਹੁੰਦਾ ਕਿ ਸੁੱਤੇ ਪਏ ਜਵਾਕ ਦਾ ਮੂੰਹ ਨਹੀਂ ਚੁੰਮੀਦਾ। ਚਲੋ ਦਿਖਾ। ਰੁਕੋ,